ਫਾਜ਼ਿਲਕਾ ਸਰਹੱਦੀ ਇਲਾਕੇ ਦੇ ਪਿੰਡ ਰਾਣਾ ਦੀ ਇੱਕ ਪਟਵਾਰੀ ਦੀ ਧੀ ਨੇ ਯੂਪੀਐਸਸੀ ਪ੍ਰੀਖਿਆ ਪਾਸ ਕਰਕੇ ਫਾਜ਼ਿਲਕਾ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਬਿਨਾਂ ਕਿਸੇ ਕੋਚਿੰਗ ਲਈ ਉਸਨੇ ਇਸ ਮੁਕਾਮ ਨੂੰ ਹਾਸਲ ਕੀਤਾ ਹੈ। 4 ਵਾਰ ਨਿਰਾਸ਼ਾ ਹੱਥ ਲੱਗਣ ਤੋਂ ਬਾਅਦ ਵੀ ਇਸ ਧੀ ਨੇ ਹਾਰ ਨਹੀਂ ਮੰਨੀ। 5ਵੀਂ ਵਾਰ ਲੱਖਾਂ ਬੱਚਿਆਂ ਵਿੱਚੋਂ 778ਵਾਂ ਰੈਂਕ ਸਖਤ ਮਿਹਨਤ ਨਾਲ ਹਾਸਲ ਕੀਤਾ ਹੈ। ਪੂਨਮ ਦੇ ਘਰ ਵਧਾਈਆਂ ਦੇਣ ਵਾਲੇ ਦਾ ਤਾਂਤਾ ਲੱਗਿਆ ਹੋਇਆ ਹੈ। ਹਰ ਕੋਈ ਉਸਨੂੰ ਉਸਦੇ ਪਰਿਵਾਰ ਨੂੰ ਵਧਾਈ ਦੇ ਰਿਹਾ ਹੈ। ਪੰਚਾਇਤਾਂ ਵੱਲੋਂ ਯੂਪੀਐਸ ਕਲੀਅਰ ਕਰਨ ਵਾਲੀ ਇਸ ਧੀ ਦੇ ਘਰ ਪੁੱਜ ਕੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਲੜਕੀ ਦਾ ਮੂੰਹ ਮਿੱਠਾ ਕਰਵਾਇਆ ਗਿਆ। अजीत पंजाबी दी ऑथेंटिक खबरां दे लई सब्सक्राइब करो अजीत वेब टीवी अते ताजी खबरां दी नोटिफिकेशन पाउण दे लई बेल आइकन ते क्लिक करो। टाइम तो मैं इस यूपीएससी एग्जाम दे लई प्रिपरेशन कर रही सी ते बहुत रिलीफ फील हो रहा है कि फाइनली लिस्ट दे विच नाम आ गया है ते बहुत खुश हां। सर मेरा ऑल इंडिया रैंक 778 आया है ते मेहनत तो कह सकते हैं कि कई सालों तो ही मैं इस एग्जाम दे लई प्रिपेयर कर रही सी ता लंबा टाइम हो चुका है। प्रेपरेशन मेरी मोस्टली सेल्फ स्टडी ही रही है ते ये मेरा 5th अटैम्प्ट सी ता इस तो पहले भी मैं 3rd अटैम्प्ट दे विच इंटरव्यू तक पहुंची सी बट फाइनलिस्ट दे विच कुछ मार्क्स तो फाइनल सिलेक्शन नहीं हो सकया सी। सर अराउंड 4 to 5 ईयर्स हो चुके हैं। सर क्रेडिट मैं अपनी फैमिली नू एंड स्पेशली मेरे फादर साहब नू देना चाहवांगी क्योंकि असी एक बॉर्डर बैल्ट दे विच बैठे हाँ ते सानू बहुत सारी चीज़ां दी नॉलेज नहीं हुंदी। इत्थे क्वालिटी एजुकेशन दी कमी है, सानू पता नहीं हुंदा कि असी 12th तो बाद किस स्ट्रीम नू चूज़ करना है। बट इस तरह दे माहौल दे विच भी उन्होंने सानू हमेशा ना सिर्फ गाइड किया बल्कि वो हमेशा पिछे खड़े रहे कि बेटा तुसी जिन्ना अगे जाना चाहते हो जाओ, मैं तुहाडे पिछे खड़े हाँ। तो उन्होंने सानू एक अजिही स्ट्रीम चूज़ करन दे विच हौसला दिता जो कि ਸਾਡੇ ਕੋਲ ਕੋਈ ਪਰਸਨਲ ਗਾਈਡੈਂਸ ਨਹੀਂ ਸੀ ਇਸ ਚੀਜ਼ ਦੀ। ਤਾਂ ਡੈਫੀਨੇਟਲੀ ਕ੍ਰੈਡਿਟ ਉਹਨਾਂ ਨੂੰ ਜਾਂਦਾ ਹੈ, ਫੈਮਿਲੀ ਮੈਂਬਰਸ ਨੂੰ ਅਤੇ ਫਰੈਂਡਸ ਨੂੰ, ਟੀਚਰਸ ਨੂੰ ਜਿਨ੍ਹਾਂ ਤੋਂ ਮੈਂ ਪੜ੍ਹਦੀ ਰਹੀ ਹਾਂ। ਤਾਂ ਹਾਂਜੀ ਬਿਲਕੁਲ ਉਹਨਾਂ ਦਾ ਵਿੱਚ ਰਹੇ ਹੈ। ਮੇਰੀ ਬੇਟੀ ਨੇ ਬੜੀ ਮਿਹਨਤ ਕੀਤੀ, ਸ਼ੁਰੂ ਤੋਂ ਲੈ ਕੇ ਛੋਟੀ ਹੁੰਦੀ ਲੱਗ ਗਈ ਸੀ ਆਪਣੀ ਮਿਹਨਤ ਕਰਨ ਅਤੇ ਹੁਣ ਆਪਣੇ ਉਸ ਮੁਕਾਮ 'ਤੇ ਪਹੁੰਚ ਗਈ। ਸਾਨੂੰ ਬੜੀ ਖੁਸ਼ੀ ਹੈਗੀ ਹੈ, ਸਾਨੂੰ ਇਸ ਤੋਂ ਵੱਡੀ ਹੋਰ ਖੁਸ਼ ਕੀ ਹੋ ਸਕਦੀ ਹੈ, ਅਸੀਂ ਬਹੁਤ ਖੁਸ਼ ਹੈਗੇ ਹਾਂ ਜੀ। ਬੜੀ ਖੁਸ਼ੀ ਦੀ ਗੱਲ ਹੈ ਜੀ, ਬੜੇ ਮਾਣ ਵਾਲੀ ਗੱਲ ਹੈ, ਪੂਰੇ ਪਿੰਡ ਵਾਸਤੇ, ਪੂਰੇ ਜ਼ਿਲ੍ਹੇ ਵਾਸਤੇ, ਪੂਰੇ ਇਲਾਕੇ ਵਾਸਤੇ ਮਾਣ ਦੀ ਗੱਲ ਹੈ ਜੀ। ਇੱਥੋਂ ਪ੍ਰੇਰਣਾ ਲੈ ਕੇ ਬੱਚੇ ਹੋਰ ਸਿੱਖਣਗੇ, ਉਹਨਾਂ ਵਿੱਚ ਜਾਗਰਤਾ ਹੋਊਗੀ ਅਤੇ ਸ਼ਹੀਦ ਦਾ ਫਾਇਦਾ ਤਾਂ ਮਿਲੇਗਾ। ਬਹੁਤ ਖੁਸ਼ੀ ਦਾ ਮੌਕਾ ਹੈ, ਅਸੀਂ ਆਪਦੇ ਪਿੰਡ ਰਾਣਾ ਦੇ ਵਿੱਚ ਖੜ੍ਹੇ ਹਾਂ, ਸਾਡੇ ਅੰਕਲ ਸੂਰਜ ਪ੍ਰਕਾਸ਼ ਜੀ ਦੇ ਘਰ ਖੜ੍ਹੇ ਹਾਂ, ਉਹਨਾਂ ਦੀ ਬੇਟੀ ਪੂਨਮ ਰਾਣੀ ਜੋ IAS ਅਫਸਰ ਬਣੀ ਹੈ ਅਤੇ ਸਾਡਾ ਰਾਣੇ ਪਿੰਡ ਦਾ ਫਾਜ਼ਿਲਕਾ ਜ਼ਿਲ੍ਹੇ ਦਾ ਨਾਮ ਜਿਨ੍ਹਾਂ ਨੇ ਰੋਸ਼ਨ ਕੀਤਾ ਹੈ ਅਤੇ ਸਾਡੀ ਪੂਰੀ ਪੰਚਾਇਤ ਨਵਾਂ ਰਾਣਾ ਵੱਲੋਂ ਇਹਨਾਂ ਨੂੰ ਲੱਖ ਲੱਖ ਮੁਬਾਰਕਾਂ ਜੀ।